ਹਾਂਜੀ, ਜੋ ਸਾਡੇ ਜੇਜੋ ਵਿੱਚ ਮੰਦਭਾਗੀ ਘਟਨਾ ਹੋਈ ਸੀ 11 ਤਰੀਕ ਨੂੰ, ਤਾਂ ਉਸ ਵਿੱਚ ਸਾਡੇ 9 ਲੋਕਾਂ ਦੀ ਜਾਨ ਚਲੇ ਗਈ ਸੀ, 2 ਬੋਡੀ ਸਾਨੂੰ ਨਹੀਂ ਮਿਲ ਪਾਈਆਂ। ਉਹਦੇ ਲਈ ਸਰਚ ਆਪਰੇਸ਼ਨ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਅਤੇ SDRF ਦੀ ਟੀਮ ਅਤੇ ਆਪਣੇ ਪੁਲਿਸ ਚੌਂਕੀ ਜੇਜੋਂ ਅਤੇ ਸਾਡੇ ਸਰਪੰਚ ਸਾਹਿਬ ਬੱਦੋਵਾਲ ਤੋਂ, ਸਾਰੇ ਨਗਰ ਨਿਵਾਸੀ ਅਤੇ ਨਾਲ ਹੀ ਸਾਡੇ ਜੇਜੋਂ ਤੋਂ ਅਤੇ ਸਾਡੇ ਦੇਹਲਾਂ ਤੋਂ ਵੀ ਪ੍ਰਧਾਨ ਸਾਹਿਬ ਆਏ ਹੋਏ ਆ। ਇੱਕ ਸਰਚ ਆਪਰੇਸ਼ਨ ਪੂਰੇ 4 ਦਿਨ ਤੋਂ ਲਗਾਤਾਰ ਚਲਾਇਆ ਜਾ ਰਿਹਾ, ਜਿਹਦੇ ਵਿੱਚ ਟਰੈਕਟਰਾਂ ਦੀ ਮਦਦ ਲਈ ਜਾ ਰਹੀ, JCB ਦੀ ਮਦਦ ਲਈ ਜਾ ਰਹੀ ਹੈ, ਪਰ ਹਾਲੇ ਤੱਕ ਸਾਨੂੰ 2 ਬੋਡੀ ਨਹੀਂ ਰਿਕਵਰ ਹੋਈਆਂ ਅਤੇ ਪੂਰੀ ਟੀਮ ਪੂਰਾ ਪ੍ਰਸ਼ਾਸਨ ਦਿਨ ਰਾਤ ਲੱਗਾ ਹੋਇਆ ਅਤੇ ਜਲਦ ਹੀ ਆਸ ਹੈ ਕਿ ਇਹ ਬੋਡੀ ਸਾਨੂੰ ਮਿਲ ਜਾਣਗੀਆਂ ਅਤੇ ਪਰਿਵਾਰ ਦੇ ਹਵਾਲੇ ਤਾਂ ਕਿ ਕੀਤੀਆਂ ਜਾ ਸਕਣ। ਹਾਂਜੀ ਸਰ, ਸਾਰਿਆਂ ਨਾਲੋਂ ਪਹਿਲਾਂ ਮੈਂ ਇੱਥੇ ਦੇ ਪਿੰਡ ਵਾਸੀਆਂ ਦਾ ਬਹੁਤ ਦਿਲ ਤੋਂ ਧੰਨਵਾਦ ਕਰਦਾ ਹਾਂ। ਜਿਹੜੀ ਇਹ ਦੁਖਦਾਈ ਘਟਨਾ ਹੋਈ ਉਹਦੇ ਵਿੱਚ ਇਹਨੇ ਸਾਡਾ ਪੂਰਾ ਸਹਿਯੋਗ ਕੀਤਾ, ਇੱਥੇ ਦੇ ਪ੍ਰਧਾਨ, ਇਹਨੀ 4 ਦਿਨ ਹੋ ਗਏ ਇਹਨਾਂ ਨੇ ਸਾਡੇ ਨਾਲ ਪੂਰਾ ਮੁੱਢ ਨਾਲ ਮੁੱਢ ਲਾ ਕੇ ਸਰਚ ਕਰ ਰਹੇ। ਜਿਹੜੀ 2 ਡੈੱਡ ਬੋਡੀਆਂ ਨਹੀਂ ਸਾਨੂੰ ਲੱਭ ਰਹੀਆਂ, 9 ਡੈੱਡ ਬੋਡੀਆਂ ਵੀ ਇਹਨੀ ਪੂਰੀ ਮਦਦ ਕੀਤੀ, ਧੁਆ ਕੇ ਸਾਨੂੰ ਸਪੋਰਟ ਕੀਤੀਆਂ ਤਾਂ ਕਿ ਅਸੀਂ ਪੋਸਟਮਾਰਟਮ ਪਛਾਣ ਸਕੀਏ। SDRF ਦੀ ਟੀਮ ਵੱਲਾਂ ਤੋਂ ਵੀ ਸਾਨੂੰ ਬਹੁਤ ਮਦਦ ਹੈ, ਪੁਲਿਸ ਇੰਚਾਰਜ ਚੌਕੀ ਜੇਜੋਂ ਵੱਲ ਤੋਂ ਬਹੁਤ ਮਦਦ ਹੈ। ਬਾਕੀ ਪਰਮਾਤਮਾ ਅੱਗੇ ਇਹੀ ਆਸ ਹੈ ਸਾਨੂੰ ਕੁਝ ਜਲਦੀ ਜਲਦ ਸਫਲਤਾ ਮਿਲੂਗੀ, 2 ਡੈੱਡ ਬੋਡੀਆਂ ਜਿਹੜੀਆਂ ਮਿਲ ਜਾ, ਜਿਹਦਾ ਅੰਤਿਮ ਸੰਸਕਾਰ ਹੋ ਜਾਵੇ। ਬਸ ਇਹ ਬੜਾ ਧੰਨਵਾਦ ਜੀ। We at GNA University see potential in everyone and everything around us. We drive innovation and entrepreneurship. We groom competent global citizens to affect positive change around them.